ਬੀਤੀ ਦਿਨੀ ਲੁਧਿਆਣਾ ਦੇ ਪਿੰਡ ਰੌਲਤਾਂ ਵਿੱਚ ਬਣੀਆਂ ਝੁੱਗੀਆਂ ਵਿੱਚ ਅਚਾਨਕ ਲੱਗੀ ਅੱਗ ਨਾਲ ਗਰੀਬਾਂ ਦਾ ਸਭ ਕੁਝ ਸੜ ਕੇ ਸਵਾਹ ਹੋ ਗਿਆ ਸੀ। ਜਿਸ ਤੋਂ ਬਾਅਦ ਆਰਜ਼ੀ ਤੌਰ ਤੇ ਪਿੰਡ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਪੀੜਤ ਪ੍ਰਵਾਸੀ ਲੋਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਗਿਆ ਸੀ। ਪਰ ਹੁਣ ਇਹਨਾਂ ਗਰੀਬ ਪ੍ਰਵਾਸੀਆਂ ਦੀ ਬਾਂਹ ਪ੍ਰਸਿੱਧ ਸਮਾਜ ਸੇਵੀ ਅਤੇ ਪੰਜਾਬ ਪੁਲਿਸ ਦੇ ਜਵਾਨ ਗੋਲਡੀ ਮੱਟੂ ਨੇ ਫੜ ਲਈ ਹੈ। ਗੋਲਡੀ ਮੱਟੂ ਨੇ ਪੁਲਿਸ ਹੈਲਪਿੰਗ ਹੈਂਡ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਗਰੀਬ ਪ੍ਰਵਾਸੀ ਲੋਕਾਂ ਦੀਆਂ ਨਵੀਆਂ ਝੁੱਗੀਆਂ ਬਣਾਉਣ ਤੋਂ ਇਲਾਵਾ ਉਹਨਾਂ ਦੀ ਜ਼ਰੂਰਤ ਦਾ ਹਰ ਇੱਕ ਸਮਾਨ, ਮੰਜੇ ਬਿਸਤਰੇ ਤੋਂ ਲੈ ਕੇ ਭਾਂਡੇ ਬਰਤਨ ਅਤੇ ਰਾਸ਼ਨ ਤੱਕ ਮੁਹੱਈਆ ਕਰਵਾਇਆ, ਜਿਸ ਤੋਂ ਬਾਅਦ ਪ੍ਰਵਾਸੀਆਂ ਦੇ ਚਿਹਰੇ ਤੇ ਖੁਸ਼ੀ ਅਤੇ ਰੌਣਕ ਨਜ਼ਰ ਆ ਰਹੀ ਸੀ। ਦੱਸ ਦਈਏ ਕਿ ਇਸ ਖਬਰ ਨੂੰ ਸਾਡੇ ਚੈਨਲ ਤੇ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਹੈਲਪਿੰਗ ਹੈਂਡ ਅਤੇ ਹੋਰ ਕਈ ਸੰਸਥਾਵਾਂ ਮਦਦ ਲਈ ਅੱਗੇ ਆਈਆਂ। ਇਸ ਮੌਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਤੋਂ ਇਲਾਵਾ ਪੁਲਿਸ ਹੈਲਪਿੰਗ ਹੈਂਡ ਦੀ ਪੂਰੀ ਟੀਮ ਮੌਜੂਦ ਰਹੀ। ਉਧਰ ਗੋਲਡੀ ਮੱਟੂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਵੀਰਾਂ ਦਾ ਧੰਨਵਾਦ ਕੀਤਾ ਜੋ ਇਹਨਾਂ ਗਰੀਬ ਪ੍ਰਵਾਸੀਆਂ ਦੀ ਮਦਦ ਲਈ ਅੱਗੇ ਆਏ। ਭਾਜੀ, ਅੱਜ ਰੌਂਤੇ ਪਿੰਡ ਦੇ ਵਿੱਚ ਜਿਹੜਾ ਤੁਸੀਂ ਰਾਸ਼ਨ ਸਮੱਗਰੀ ਲੈ ਕੇ ਆਇਆ, ਕਿਉਂਕਿ ਬੀਤੇ ਦਿਨੀ ਇਹ ਝੁੱਗੀ ਚੌਂਪੜੀ ਦੇ ਜਿਹੜੀ ਅੱਗ ਲੱਗੀ ਸੀ ਜੀ, ਇਹ ਜਿਹੜਾ ਅੱਜ ਤੁਸੀਂ ਰਾਸ਼ਨ ਸਮੱਗਰੀ ਲੈ ਕੇ ਆਏ ਹੋ, ਇਹ ਮਤਲਬ ਕਿਹਨਾਂ ਵੱਲੋਂ ਆਇਆ ਹੈ? ਜੀ ਬਿਲਕੁਲ, ਇੱਥੇ ਜਿਹੜੀ ਝੁੱਗੀਆਂ ਦੇ ਵਿੱਚ 40 ਤੋਂ 45 ਝੁੱਗੀਆਂ ਦੇ ਵਿੱਚ ਅੱਗ ਲੱਗਣ ਕਰਕੇ ਸਾਰਾ ਕੁਛ ਜਿਹੜਾ ਸੜ ਕੇ ਸਵਾਹ ਹੋ ਗਿਆ ਸੀ। ਇੱਥੇ ਸਾਡਾ ਜਿਹੜਾ ਪੰਜਾਬ ਪੁਲਿਸ ਹੈਲਪਿੰਗ ਹੈਂਡ ਨਾਂ ਦਾ ਜਿਹੜਾ ਗਰੁੱਪ ਚੱਲਦਾ ਵਾ, ਉਹਦੇ ਵਿੱਚ ਕਾਫੀ ਸਾਡੇ ਪੁਲਿਸ ਮੁਲਾਜ਼ਮ ਅਤੇ ਐਨਆਰਆਈ ਵੀਰ ਜਿਹੜੇ ਜੁੜੇ ਹੋਏ ਨੇ, ਜਿਹੜਾ ਸਭ ਤੋਂ ਵੱਡਾ ਸਹਿਯੋਗ ਉਹ ਐਨਆਰਆਈ ਵੀਰਾਂ ਦਾ ਹੀ ਆ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਇੱਥੇ ਇਹਨਾਂ ਨੂੰ ਜਿਹੜਾ ਦਿੱਤਾ ਗਿਆ ਸਾਰਾ ਸਮਾਨ ਜੀ। ਅਤੇ ਇਹਦੇ ਵਿੱਚ ਮਤਲਬ ਅੱਜ ਇੱਥੇ ਲੁਧਿਆਣਾ ਦੇ ਸੀਪੀ ਸਾਹਿਬ ਵੀ ਆਏ ਸੀ? ਜੀ ਜੀ ਬਿਲਕੁਲ, ਇੱਥੇ ਜਿਹੜਾ ਮੇਨ ਰੋਲ ਅਦਾ ਕਰਕੇ ਗਏ ਨੇ ਉਹ ਸਾਡੇ ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ, ਕਿਉਂਕਿ ਉਹਨਾਂ ਦੇ ਹੁਕਮਾਂ ਦੇ ਨਾਲ ਹੀ ਜਿਹੜਾ ਕੁਛ ਇੱਥੇ ਇਹਨਾਂ ਨੂੰ ਦਿੱਤਾ ਗਿਆ। ਉਹਨਾਂ ਦੇ ਹੁਕਮ ਹੋਇਆ ਸੀਗਾ ਕਿ ਜਦੋਂ ਅੱਗ ਲੱਗੀ ਤਾਂ ਸਾਹਿਬ ਨੇ ਕਿਹਾ ਸੀਗਾ ਕਿ ਜਾ ਕੇ ਤੁਸੀਂ ਦੇਖੋ ਉੱਥੇ ਕੀ ਮਾਹੌਲ ਆ, ਉੱਥੇ ਕਿੰਨਾ ਕੁ ਨੁਕਸਾਨ ਆਇਆ। ਉਹਦੇ ਚੱਲਦੇ ਜਿਹੜਾ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਨਾਲ ਜਿਹੜਾ ਜਿਹਨਾਂ ਨੂੰ ਇੱਥੇ ਸਾਰਾ ਕੁਛ ਪ੍ਰੋਵਾਈਡ ਕਰਵਾਇਆ ਗਿਆ ਵਾ। ਸਰ, ਜਿਹੜੀ ਅੱਜ ਸਮੱਗਰੀ ਤੁਸੀਂ ਇੱਥੇ ਲੈ ਕੇ ਆਏ ਹੋ, ਸਮੱਗਰੀ ਦੇ ਵਿੱਚ ਕੀ ਹੈਗਾ? ਜੀ ਇਹਦੇ ਵਿੱਚ 40 ਤੋਂ 45 ਕਿਲੋ ਦੇ ਵਿੱਚ ਚੌਲ ਇੱਕ ਗੱਟਾ ਇੱਕ ਫੈਮਿਲੀ ਨੂੰ, ਫਿਰ 10 ਤੋਂ 15 ਕਿਲੋ ਦਾਲ, ਫਿਰ ਬਰਤਨ ਆ ਸਾਰੇ ਉਹਨਾਂ ਦੀ ਜਿਹੜੇ ਜ਼ਰੂਰਤ ਰਸੋਈ 'ਚ ਵਰਤੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜੀ ਇਹਨਾਂ ਦੇ ਕੱਪੜੇ ਵਗੈਰਾ ਸੀ ਜਾਂ ਇਹਨਾਂ ਦੀ ਚੱਪਲ ਵਗੈਰਾ ਸੀ, ਉਹ ਮੰਜੇ ਸੀਗੇ, ਪੱਖੇ ਸੀਗੇ, ਯਾਨੀ ਕਿ ਸਾਰਾ ਸਮਾਨ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਜਿਹੜਾ ਇਹਨਾਂ ਦਾ ਘਰੇਲੂ ਵਰਤੋਂ ਵਿੱਚ ਆਉਂਦਾ ਦਿੱਲੀ। ਹਾਂਜੀ, ਅਤੇ ਇਹ ਜਿਹੜੀ ਤੁਹਾਡੀ ਹੈਲਪਿੰਗ ਹੈਂਡ ਪੰਜਾਬ ਪੁਲਿਸ ਵੱਲੋਂ ਅਕਸਰ ਫੇਸਬੁੱਕ ਤੇ ਦੇਖਣ ਨੂੰ ਮਿਲਦਾ ਕਿ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਨੂੰ ਜਿਹੜੀ ਹੈਲਪਿੰਗ ਹੈਂਡ ਪੰਜਾਬ ਪੁਲਿਸ ਵੱਲੋਂ ਮਦਦ ਕੀਤੀ ਜਾਂਦੀ ਆ, ਇਹ ਤੁਹਾਡਾ ਕਿੱਤਾ ਇਸੇ ਤਰ੍ਹਾਂ ਚੱਲਦਾ ਰਹੇਗਾ? ਜੀ ਬਿਲਕੁਲ, ਅਫਸਰ ਸੀਨੀਅਰ ਅਫਸਰਾਂ ਦੇ ਨਾਲ ਮਿਲ ਕੇ ਜਿਹੜਾ ਇਹ ਲਗਾਤਾਰ ਇੱਦਾਂ ਚੱਲਦਾ ਰਹੂਗਾ। ਜਿੱਥੇ ਵੀ ਕੋਈ ਇੱਦਾਂ ਦੀ ਜ਼ਰੂਰਤ ਹੋਊਗੀ ਉਹਨਾਂ ਦੇ ਨਾਲ ਅਸੀਂ ਜਿਹੜੀ ਹੈਲਪਿੰਗ ਹੈਂਡ ਟੀਮ ਸਾਡੀ ਪੰਜਾਬ ਪੁਲਿਸ ਦੀ ਖੜੀ ਆ ਜੀ ਨਾਲ। ਜੀ, ਗੁਰਦੁਆਰੇ ਸਾਹਿਬ ਦੇ ਵਿੱਚ ਲਿਜਾ ਕੇ ਰੱਖਿਆ ਗਿਆ, ਉੱਥੇ ਇਹ ਰਹੇ। ਫਿਰ ਅਸੀਂ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਸੀਗੀ ਕਿ ਉਹ ਅੱਗੇ ਆ ਕੇ ਇਹਨਾਂ ਦੀ ਹੈਲਪ ਕਰਨ, ਅਤੇ ਸਮਾਜਿਕ ਸੰਸਥਾਵਾਂ ਨੇ ਅੱਗੇ ਆ ਕੇ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਵਗੈਰਾ ਦੇ ਨਾਲ ਮਿਲ ਕੇ ਇਹ ਅੱਜ ਝੁੱਗੀ ਝੌਂਪੜੀਆਂ ਇਹਨਾਂ ਦੀਆਂ ਵਧੀਆ ਤਰੀਕੇ ਨਾਲ ਬਣਾ ਦਿੱਤੀਆਂ ਹਨ। ਇਹ ਵਾਪਸ ਹੁਣ ਗੁਰਦੁਆਰੇ ਸਾਹਿਬ ਤੋਂ ਆਪਣੀ ਇਸ ਜਗ੍ਹਾ 'ਤੇ ਆ ਗਏ ਹਨ, ਅਤੇ ਇਹਨਾਂ ਦੀ ਜੋ ਵੀ ਕੋਈ ਔਰ ਵੀ ਕੋਈ ਪ੍ਰੋਬਲਮਸ ਹੋਣਗੀਆਂ ਅਸੀਂ ਉਹਨਾਂ ਨੂੰ ਦੂਰ ਕਰਾਂਗੇ। ਅਤੇ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਸਮਾਜਿਕ ਸੰਸਥਾਵਾਂ ਨੇ ਇਹਨਾਂ ਦੀ ਕਾਫੀ ਹੈਲਪ ਕੀਤੀ, ਜਿਹਦੇ ਕਰਕੇ ਇਹਨਾਂ ਦੀ ਜ਼ਿੰਦਗੀ ਹਾਂਜੀ ਉਹ ਤੋਂ ਉੱਪਰ ਵਾਲੇ ਕਾ ਸਰ ਦਿਨ ਹੈ ਜੋ ਹਮ ਲੋਗ ਕੋ ਜ਼ਿੰਦਗੀ ਬਚ ਗਈ ਆ, ਇਹ ਹਾਦਸਾ ਹੋਆ ਦਿਨ ਕੋ, ਅਗਰ ਰਾਤ ਕੋ ਹੋਤਾ ਤਾਂ ਮੰਨ ਲੀਜੀਏ ਹਮ ਲੋਗ ਜੋ ਹੈ ਸੋ ਬਚ ਨਹੀਂ ਪਾਤੇ। ਕਹੀਂ ਨੀਂਦ ਹੋਤਾ ਹੈ, ਥੱਕ ਕਰ ਕੋ ਆਤੇ ਹੈ, ਨੀਂਦ ਟੂਟਤਾ ਨਹੀਂ। ਆਪਕਾ ਧਿਆਨ ਰੱਖੀਏ। ਹਾਂਜੀ ਠੀਕ ਹੈ, ਕੋਈ ਪਰੇਸ਼ਾਨੀ ਹੋ ਤੋ ਨਹੀਂ ਜੀ, ਔਰ ਇਹੀ ਪਰੇਸ਼ਾਨੀ ਥੋੜ੍ਹਾ ਸਰ ਜੀ ਲਾਈਟ ਜੋ ਹੈ ਨਾ ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। ਸੱਤ ਇਲਮਾਂ ਦੇ ਮਾਹਿਰ ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਹੀ ਨਾ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਨ ਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, ਧੋਖੇਬਾਜ ਪ੍ਰੇਮੀ ਪ੍ਰੇਮਿਕਾ ਸੌਤਾਂ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। ਪੰਡਿਤ ਹੇਮਰਾਜ ਸ਼ਾਸਤਰੀ ਜੀ, ਮੋਬਾਈਲ ਨੰਬਰ 8968869352, 8968915987।